11 ਦੇਸ਼ਾਂ ਨੂੰ 34 ਰੁਪਏ ਲੀਟਰ ਪੈਟਰੋਲ ਅਤੇ 29 ਦੇਸ਼ਾਂ ਨੂੰ 37 ਰੁਪਏ ਲੀਟਰ ਡੀਜ਼ਲ ਵੇਚ ਰਿਹਾ, ਜਦਕਿ ਭਾਰਤ ਦੇ ਨਾਗਰਿਕਾਂ ਨੂੰ ਸਰਕਾਰ ਵੱਲੋਂ ਹੀ ਪੈਟਰੋਲ ਅਤੇ ਡੀਜ਼ਲ ਦੁੱਗਣੇ ਤੋਂ ਵੀ ਜ਼ਿਆਦਾ ਰੇਟਾਂ ਵਿੱਚ ਵੇਚਿਆ ਜਾ ਰਿਹਾ ਹੈ। ਇਹ ਖੁਲਾਸਾ ਆਰਟੀਆਈ ਦੇ ਜ਼ਰੀਏ ਮਿਲੀ ਰਿਪੋਰਟ ਤੋਂ ਹੋਇਆ ਹੈ। ਆਰਟੀਆਈ ਐਕਟੀਵਿਸਟ ਪੰਜਾਬ ਸ਼੍ਰੀ ਰੋਹਿਤ ਸੱਭਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਵਿੱਚ ਦਿਨ ਪਰ ਦਿਨ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਜਨਤਾ ਵਿੱਚ ਹਾਹਾਕਾਰ ਮਚਿਆ, ਜਿਸ ਦਾ ਅਸਰ ਦੇਸ਼ ਦੀ ਆਰਥਿਕਤਾ ਤੇ ਵੀ ਪੈ ਰਿਹਾ। ਰੋਹਿਤ ਸੱਭਰਵਾਲ ਨੇ ਆਰਟੀਆਈ ਦੇ ਅਧੀਨ ਮਿਨਿਸਟਰੀ ਆਫ ਪੈਟਰੋਲਿੰਗ ਐਂਡ ਨੈਚੁਰਲ ਗੈਸ ਅਤੇ ਤੇਲ ਰਿਫਾਈਨਰੀ ਕੰਪਨੀ ਤੋਂ ਜਾਣਕਾਰੀ ਮੰਗੀ, ਜਿਸ ਦੀ ਰਿਪੋਰਟ 2.5 ਮਹੀਨੇ ਬਾਅਦ ਉੱਚ ਸਰਕਾਰੀ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈ ਗਈ। ਜਾਣਕਾਰੀ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਸਾਡੇ ਵੱਲੋਂ ਇੱਕ ਆਰਟੀਆਈ ਐਪਲੀਕੇਸ਼ਨ ਪਾ ਕੇ ਮਿਨਿਸਟਰੀ ਆਫ ਪੈਟਰੋਲੀਅਮ ਨੂੰ ਕੋਈ ਇਨਫੋਰਮੇਸ਼ਨ ਮੰਗੀ ਗਈ ਸੀ ਆਰਟੀਆਈ ਦੇ ਵਿੱਚ ਕਿ ਇੰਡੀਆ ਜਿਹੜਾ ਹੈ ਸਾਡਾ ਕੰਟਰੀ, ਇਹ ਕਿਹੜੇ ਕਿਹੜੇ ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਨੂੰ ਐਕਸਪੋਰਟ ਕਰ ਰਿਹਾ ਡੀਜ਼ਲ ਔਰ ਪੈਟਰੋਲ। ਤਾਂ ਉਹਦੇ ਵਿੱਚ ਮੈਨੂੰ ਦੋ ਜਵਾਬ ਆਏ ਨੇ। ਪਹਿਲੇ ਜਵਾਬ ਦੇ ਵਿੱਚ ਤਾਂ ਇਹਨਾਂ ਨੇ ਮੈਨੂੰ ਲਿਸਟ ਪ੍ਰੋਵਾਈਡ ਕੀਤੀ ਹੈ 15 ਮੁਲਕਾਂ ਦੀ ਜਿਨ੍ਹਾਂ ਨੂੰ ਇੰਡੀਆ ਜਿਹੜਾ ਹੈਗਾ ਪੈਟਰੋਲ ਜਿਹੜਾ ਐਕਸਪੋਰਟ ਕਰ ਰਿਹਾ, ਅਤੇ 29 ਕੰਟਰੀਜ਼ ਐਸੇ ਨੇ ਜਿਨ੍ਹਾਂ ਨੂੰ ਇਹ ਡੀਜ਼ਲ ਐਕਸਪੋਰਟ ਕੀਤਾ ਜਾ ਰਿਹਾ ਇੰਡੀਆ ਦੇ ਬੰਨਿਓ। ਤਾਂ ਸੈਕਿੰਡ ਜਵਾਬ ਦੇ ਵਿੱਚ ਮੈਨੂੰ ਮੈਂਗਲੂਰ ਜਿਹੜੀ ਰਿਫਾਈਨਰੀ ਹੈ ਇਹਨਾਂ ਦੀ ਆਇਲ, ਉਹਦੇ ਬੰਨਿਓ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਕੁਛ ਰੇਟਸ ਬਾਰੇ। 5 ਕੰਟਰੀ ਦੇ ਰੇਟਸ ਦਿੱਤੇ ਗਏ ਨੇ, ਜਿਹਦੇ ਵਿੱਚ ਹਾਂਗਕਾਂਗ, ਸਿੰਗਾਪੁਰ, ਮਲੇਸ਼ੀਆ, ਯੂਨਾਈਟਿਡ ਅਰਬ ਐਮੀਰੇਟਸ, ਇਸ ਤਰ੍ਹਾਂ ਦੇ ਕੰਟਰੀ ਨੇ। ਤੋ ਜਵਾਬ ਦੇ ਵਿੱਚ ਕਲੀਅਰ ਹੈਗਾ ਕਿ ਇੰਡੀਆ 34 ਰੁਪਏ ਪਰ ਲੀਟਰ ਦੇ ਹਿਸਾਬ ਦੇ ਨਾਲ ਪੈਟਰੋਲ ਜਿਹੜਾ ਹੈਗਾ ਐਕਸਪੋਰਟ ਕਰ ਰਿਹਾ, ਔਰ 38 ਰੁਪਏ ਦੇ ਕਰੀਬ ਜਿਹੜਾ ਹੈਗਾ ਪਰ ਲੀਟਰ ਦੇ ਹਿਸਾਬ ਦੇ ਨਾਲ ਡੀਜ਼ਲ ਐਕਸਪੋਰਟ ਕਰ ਰਿਹਾ, ਜਦਕਿ ਸਾਡੇ ਇੱਥੇ ਪੈਟਰੋਲ ਦੀ ਕੀਮਤ 82-83 ਰੁਪਏ ਪਰ ਲੀਟਰ ਹੈ ਔਰ ਡੀਜ਼ਲ ਜਿਹੜਾ 68-69 ਰੁਪਏ ਪਰ ਲੀਟਰ ਹੈ। ਤਾਂ ਸਿੱਧੇ ਤੌਰ ਦੇ ਉੱਤੇ ਸਾਡੀ ਹਿੰਦੁਸਤਾਨ ਦੀ ਆਵਾਮ ਦੇ ਨਾਲ ਸਰਕਾਰ ਲੁੱਟ ਕਰ ਰਹੀ ਆ, ਕਿਉਂਕਿ ਜੇ ਟੈਕਸ ਦੀ ਗੱਲ ਕਰੀਏ ਟੈਕਸ ਜਿਹੜਾ ਹੁੰਦਾ ਹੈ ਉਹ 15-20-25% ਤੱਕ ਟੈਕਸ ਹੁੰਦਾ, 150% ਕੋਈ ਟੈਕਸ ਦੀ ਕੋਈ ਰੇਸ਼ੋ ਨਹੀਂ ਹੈਗੀ। ਤਾਂ ਸਰਕਾਰ ਨੂੰ ਚਾਹੀਦਾ ਕਿ ਜੋ ਜਿਸ ਰੇਟ ਦੇ ਉੱਤੇ ਬਾਹਰਲੇ ਕੰਟਰੀਆਂ ਦੇ ਵਿੱਚ ਡੀਜ਼ਲ ਔਰ ਪੈਟਰੋਲ ਐਕਸਪੋਰਟ ਕੀਤਾ, ਅਤੇ ਹਿੰਦੁਸਤਾਨ ਦੀ ਜਨਤਾ ਨੂੰ ਵੀ ਰਾਹਤ ਦਿੰਦੇ ਹੋਏ ਇੱਥੇ ਜਿਹੜੇ ਆਪਦੇ ਰੇਟ ਘੱਟ ਕਰਨੇ ਚਾਹੀਦੇ ਆ ਪੈਟਰੋਲ ਡੀਜ਼ਲ ਦੇ, ਤਾਂ ਕਿ ਮਹਿੰਗਾਈ ਦੇ ਉੱਤੇ ਠੱਲ ਪੈ ਸਕੇ। ਭਾਰਤ ਸਰਕਾਰ ਵਾਸਤੇ ਇਹ ਬੜੀ ਸ਼ਰਮ ਦੀ ਗੱਲ ਹੈ, ਜੋ ਜਦ ਤੱਕ ਬੀਜੇਪੀ ਸਰਕਾਰ ਓਪੋਜੀਸ਼ਨ ਵਿੱਚ ਬੈਠੀ ਸੀ ਤਦ ਤੱਕ ਤਾਂ ਇਹਨਾਂ ਨੂੰ ਡੀਜ਼ਲ ਦੇ ਰੇਟ, ਪੈਟਰੋਲ ਦੇ ਰੇਟ, ਸਿਲੰਡਰ ਦੇ ਰੇਟ ਬਹੁਤ ਹਾਈ ਲੱਗਦੇ ਸੀਗੇ। ਇਹਨਾਂ ਨੇ ਰੋਜ਼ ਰੌਲਾ ਪਾਉਣਾ, ਰੋਜ਼ ਕਲੇਸ਼ ਕਰਨਾ ਜੀ ਰੇਟ ਵੱਧ ਨੇ, ਫਲਾਣਾ ਟਮਕਾਣਾ। ਅੱਜ ਬੀਜੇਪੀ ਸਰਕਾਰ ਕਿੱਥੇ ਖੜੀ ਹੈ? ਅੱਜ ਬੀਜੇਪੀ ਸਰਕਾਰ ਨੇ ਜੋ ਰੇਟ ਚੱਕ ਕੇ ਡਬਲ ਕਰ ਦਿੱਤੇ ਨੇ ਬਾਹਰਲੇ ਦੇਸ਼ਾਂ ਨੂੰ, ਜੋ ਅੱਜ ਪੇਪਰ 'ਚ ਤੁਸੀਂ ਦੇਖਿਆ ਵੀ ਹੋਣਾ, ਬਾਹਰਲੇ ਦੇਸ਼ਾਂ ਨੂੰ ਡੀਜ਼ਲ ਜੋ ਜਾ ਰਿਹਾ ਉਹ ਤਕਰੀਬਨ 15 ਦੇਸ਼ਾਂ ਦੇ ਵਿੱਚ ਜੋ ਪੈਟਰੋਲ ਜਾ ਰਿਹਾ ਉਹ 34 ਰੁਪਏ ਲੀਟਰ ਦੇ ਹਿਸਾਬ ਨਾਲ ਜਾ ਰਿਹਾ, ਅਤੇ 29 ਦੇਸ਼ਾਂ ਦੇ ਵਿੱਚ ਡੀਜ਼ਲ ਜੋ ਜਾ ਰਿਹਾ 37 ਰੁਪਏ ਦੇ ਹਿਸਾਬ ਨਾਲ ਜਾ ਰਿਹਾ। ਇਹ ਕਿਉਂ, ਇਹ ਕਾਣੀ ਵੰਡ ਕਿਉਂ ਹੋ ਰਹੀ ਹੈ? ਆਪਣੇ ਦੇਸ਼ ਦੇ ਵਿੱਚ ਤਾਂ ਆਪਾਂ ਰੇਟ ਜਿਹੜਾ ਹੈਗਾ ਡਬਲ ਕੀਤਾ ਹੋਇਆ ਅਤੇ ਬਾਹਰਲੇ ਦੇਸ਼ਾਂ ਨੂੰ ਆਪਾਂ ਸਸਤਾ ਦੇ ਰਹੇ ਹਾਂ। ਇਹ ਬੀਜੇਪੀ ਵਾਸਤੇ ਬੜੀ ਸ਼ਰਮਨਾਕ ਗੱਲ ਹੈ। ਆਪਣੇ ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ, ਕਾਰੋਬਾਰ ਠੱਪ ਨੇ। ਅੱਜ ਤੋਂ 10 ਸਾਲ ਪਹਿਲੇ ਵੀ ਜਿਹੜਾ ਫਰੇਟ ਸੀਗਾ, ਜਿਹੜਾ ਗੱਡੀਆਂ ਦਾ ਫਰੇਟ ਸੀ ਉਹ ਇਹੀ ਸੀ, ਅਤੇ ਡੀਜ਼ਲ ਦੀ ਕੀਮਤਾਂ ਸੀਗੀਆਂ ਅੱਧੀਆਂ। ਅੱਜ ਡੀਜ਼ਲ ਆਸਮਾਨ ਨੂੰ ਛੂ ਰਿਹਾ, ਫਰੇਟ ਉੱਥੇ ਦੇ ਉੱਠੇ ਹੀ ਹੈ। ਟਰਾਂਸਪੋਰਟਰ, ਕਿਸਾਨ, ਹਰ ਬੰਦਾ ਬਹੁਤ ਦੁਖੀ ਹੈ ਸਰਕਾਰ ਤੋਂ। ਆਉਣ ਵਾਲੇ ਟਾਈਮ ਦੇ ਵਿੱਚ ਇਸ ਸਰਕਾਰ ਨੂੰ ਇਸ ਚੀਜ਼ ਦਾ ਨਤੀਜਾ ਭੁਗਤਣਾ ਪਊਗਾ।